السلام علیکم دوستو، کی حال چال ہے جی؟ دیکھ لو جی، فیئٹ 480 پاور پلس، یہ پاور پلس نو غازی والے ٹائر ہے جی پچھلے، تے نو پھڑے ہال ہے، پرفارمنس تھوڑے سامنے ہے ڈاکٹر جی. اچھا اچھا، اللہ غازی والے ٹائراں دے وچ ہے جی. لیزر ہوئی زمین ہے، زمین بھی پکی ہے، تو تھلوں وتر بھی چاہ تھی دیکھ سکتے ہیں. اچھا چلو جی، واہی دے معاملے میں ساڈے علاقے دے وچ جڑا فری ہے ٹریکٹر نوں لوگ بہت شوق نال لیندے ہیں، 480 या 640 मैसी वगैरह घट ही रखते हैं, 75-85 तो बहुत थोड़े है. अच्छा चलो दोस्तों, ये ब्रांड न्यू ट्रैक्टर है, 2023 मॉडल है. ਦਿੱਲੀ ਨਾਲ ਨਵਾਂ ਹੀ ਲਿਆਂਦਾ, ਥੋੜ੍ਹੇ ਦਿਨ ਹੋਏ ਆ, ਕੈਸ਼ 'ਤੇ ਲੈ ਕੇ ਆਉਂਦਾ. ਔਰ ਮੈਂ ਪੁੱਛਿਆ ਉਹਨੂੰ ਅਗਰ ਡਰਾਈਵਰ ਨੂੰ ਕੋਈ ਕਲੇਮ ਸ਼ਲੇਮ, ਕਹਿੰਦਾ ਕੋਈ ਕਿਸੇ ਕਿਸਮ ਦਾ ਕੋਈ ਕਲੇਮ ਸ਼ਲੇਮ ਨਹੀਂ ਆਇਆ. ਚੱਲ ਅਲਹਮਦੁਲਿਲਾ ਬਿਲਕੁਲ ਸਹੀ ਕਰ ਲਿਆ. ਕਣਕ ਵੀ ਇਹਦੇ ਨਾਲ ਕਹਿੰਦਾ ਕੱਢੀ ਆ, ਅਤੇ ਹੁਣ ਆਹ ਬਿਜਾਈ ਵੀ ਕਰਦੇ ਪਏ ਆ ਨਰਮੇ ਦੀ. ਬਾਕੀ ਪਰਫਾਰਮੈਂਸ ਤੁਹਾਡੇ ਸਾਹਮਣੇ ਆ. ਕੋਈ ਧੂੰਆਂ ਸ਼ੂਆਂ ਨਹੀਂ ਟਰੈਕਟਰ, ਜਦੋਂ ਮਾੜਾ ਜਿਹਾ ਬਹਿੰਦਾ ਵਾ ਤਾਂ ਧੂੰਆਂ ਮਾਰਦਾ, ਵੈਸੇ ਟਰੈਕਟਰ ਨੂੰ ਕੋਈ ਪਰਵਾਹ ਨਹੀਂ. ਆਹ ਤੁਸੀਂ ਵੇਖ ਲਓ, ਜ਼ਮੀਨ ਵੀ ਮਾਸ਼ਾਅੱਲਾ ਸੋਹਣੀ ਪੱਟੀ ਆਉਂਦਾ, ਕਿਉਂਕਿ ਨਰਮੇ ਦੀ ਬਿਜਾਈ ਵਾਸਤੇ ਜ਼ਮੀਨ ਜਿੰਨੀ ਡੂੰਘੀ ਤਿਆਰ ਕੀਤੀ ਜਾਵੇ ਓਨਾ ਹੀ ਫਾਇਦਾਮੰਦ ਆ. ਅੱਛਾ ਚਾਲੀ, ਉਹ ਮੋੜ ਛੋੜ 'ਤੇ ਕੋਈ ਟਰੈਕਟਰ ਜ਼ਿਆਦਾ ਕੁਛ ਸਲਿੱਪ ਨਹੀਂ ਦੇ ਰਿਹਾ, ਉਹ ਨਾ ਹੀ ਟਰੈਕਟਰ ਲੋਡ ਵਗੈਰਾ ਲੈ ਰਿਹਾ. ਟਾਇਰ ਵੱਡਿਆਂ ਦਾ ਫਾਇਦਾ ਕਿ ਟਰੈਕਟਰ ਜਿਹੜਾ ਕੰਮ ਜਿਹੜਾ ਠੀਕ ਜਲਦੀ ਕਰਦਾ ਵਾ, ਇਹਦਾ ਪਿਨੀਅਨ ਜਿਹੜਾ ਛੋਟਾ ਹੀ ਆ, ਪਿਨੀਅਨ ਗਾਜ਼ੀ ਵਾਲਾ ਨਹੀਂ ਹੈਗਾ ਦੋਸਤੋ, ਪਿਨੀਅਨ ਇਹਨੂੰ ਛੋਟਾ ਹੀ ਆ, ਵੱਡਾ ਪਿਨੀਅਨ ਨਹੀਂ ਹੋ. ਅਗਰ ਵੱਡਾ ਪਿਨੀਅਨ ਹੁੰਦਾ ਤਾਂ ਫਿਰ ਟਰੈਕਟਰ ਨੂੰ ਮੁਸ਼ਕਲ ਬਣਨੀ ਸੀ. ਵੱਡੇ ਪਿਨੀਅਨ ਦਾ ਟਰੈਕਟਰ ਦਾ ਇਹ ਆ ਕਿ ਟਾਇਰ ਵੀ ਵੱਡੇ ਹੋਣੇ ਸੀ, ਅਤੇ ਉਹਦਾ ਪਿਨੀਅਨ ਵੀ ਵੱਡਾ, ਉਹਦੇ ਨਾਲ ਉਹਦਾ ਚੱਕਰ ਵੱਧ ਜਾਣਾ ਸੀ ਅਤੇ ਇੰਜਣ ਨੇ ਲੋਡ ਲੈਣਾ ਸੀ. ਇਹ ਕੰਪਨੀ ਨੇ ਚੰਗਾ ਕੀਤਾ ਕਿ ਪਿਨੀਅਨ ਇਹਨੂੰ ਛੋਟਾ ਹੀ ਪਾਇਆ ਅਤੇ ਟਾਇਰ ਵੱਡੇ ਪਾਏ ਆ. ਗਾਜ਼ੀ ਵਾਲੇ ਟਾਇਰ ਆ, ਪੈਂਥਲ ਦੇ ਟਾਇਰ ਆ ਜੀ. ਹਵਾ ਥੋੜ੍ਹੀ ਜਿਹੀ ਜ਼ਿਆਦਾ ਟਾਇਰਾਂ ਵਿੱਚ, ਲੇਕਿਨ ਫਿਰ ਵੀ ਟਰੈਕਟਰ ਤੁਹਾਡੇ ਸਾਹਮਣੇ ਕੋਈ ਸਲਿੱਪ ਸਲਿੱਪ ਨਹੀਂ ਨਹੀਂ ਮਾਰ ਰਿਹਾ ਖਾਸ. ਭਾਈ ਕਹਿ ਰਿਹਾ ਕਿ ਮੈਂ 12-13 ਮਿੰਟ ਦੇ ਵਿੱਚ ਕਿੱਲਾ ਵਾ ਦਿੰਦਾ ਵਾਂ, 12-13 ਮਿੰਟ ਦੇ ਵਿੱਚ ਕਿੱਲੇ 'ਚੋਂ ਬਾਹਰ ਹੋ ਜਾਂਦਾ, ਅਤੇ ਇੰਨੀ ਦੇਰ ਵਿੱਚ ਹੀ ਵੱਡਾ ਟਰੈਕਟਰ ਵਾਹੁੰਦਾ ਵਾ ਕਿੱਲਾ ਇੱਕ. ਅਤੇ ਇਹਦੇ ਨਾਲ ਹੀ ਦੋਸਤੋ ਸਾਨੂੰ ਤਾਂ ਇਜਾਜ਼ਤ ਅਤੇ ਦੁਆਵਾਂ 'ਚ ਯਾਦ ਰੱਖਿਓ, ਅੱਲਾਹ ਹਾਫਿਜ਼. ਜਿਹੜੇ ਭਰਾ ਸਾਡੇ ਚੈਨਲ 'ਤੇ ਨਵੇਂ ਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਬਾਰ ਵਕਤ ਮਿਲਦੀ ਰਹੇ.